ਮੰਡਲ ਬੇਨਤੀ ਆ ਬੁਲਾ ਰਿਹਾ ਮੋਦੀ ਤੇ ਜੋਗੀ ਤੇ ਹਵਾ ਚੁੜ ਗਏ ਨਾ ਐਵੇਂ ਤੂੰ ਹੋਈ ਉੜਦਾ ਫਿਰਦਾ ਕਿਸੇ ਨਾਲ ਕੁਛ ਨੀ ਬਾਤ ਕਰੀ ਸਭ ਕੁਛ ਧਰਿਆ ਰਹਿ ਜਾਣਾ ਜਦ ਜਿਵੇਂ ਇਹਨੇ ਮਸ਼ੀਨਾਂ ਦੇ ਵਿੱਚ ਗੜਬੜ ਕਰਕੇ ਪਾਲਤਾ ਮਾਰਿਆ ਦੇਸ਼ ਨੂੰ ਪ੍ਰਧਾਨ ਮੰਤਰੀ ਬਣ ਗਏ ਆ ਆਪਾਂ ਵੀ ਆਪਣੇ ਇੱਕ ਦੇ ਨਾਲ ਇਹਦਾ ਪਾਲਤਾ ਮਾਰ ਕੇ ਸਜਾਈਏ ਪ੍ਰਧਾਨ ਮੰਤਰੀ ਨੂੰ ਬਹੁਤ ਵਧੀਆ ਸਜਾਈਏ ਇੰਨੇ ਕਹਿੰਦਾ ਹੋਇਆ ਮੈਂ ਇੱਕ ਬੇਨਤੀ ਹੋਰ ਕਰਦਾ ਕਿ ਭਰਾਵੋ ਸਰਕਾਰ ਭਾਵੇਂ ਬੀਜੇਪੀ ਯੋਗੀ ਮਾਮਾ ਮਰ ਗਿਆ ਮਾਮੀ ਰੰਡੀ ਹੋਈ ਯੋਗੀ ਮਾਮਾ ਯੋਗੀ ਦੇ ਮੋਦੀ ਸਾਹਿਬ ਤੁਸੀਂ ਪ੍ਰਧਾਨ ਮੰਤਰੀ ਹੋ ਚੱਲ ਬਾਕੀ ਆ ਹੋ ਗਿਆ ਨੇ ਮੋਦੀ ਮਾਮਾ ਮਰ ਗਿਆ ਮਾਮੀ ਰੰਡੀ ਹੋਈ ਮੋਦੀ ਮਾਮਾ ਮਰ ਗਿਆ ਮਾਮੀ ਰੰਡੀ ਹੋਈ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਹਾਥਰਸ ਦੇ ਵਿੱਚ ਕਾਂਡ ਹੋਇਆ ਸੀ ਮਨੀਸ਼ਾ ਦਾ ਜੋ ਕਤਲ ਹੋਇਆ ਬੇਰਹਿਮੀ ਨਾਲ ਕਤਲ ਹੋਇਆ ਜਿਸ ਤਰ੍ਹਾਂ ਠਾਕਰਾ ਦੇ ਮੁੰਡਿਆਂ ਨੇ ਪਹਿਲਾਂ ਉਹਦੇ ਨਾਲ ਬਲਾਤਕਾਰ ਕੀਤਾ ਉਸ ਤੋਂ ਬਾਅਦ ਉਹਦੇ ਗਲ 'ਚ ਫੰਦਾ ਪਾਇਆ ਰੀੜ੍ਹ ਦੀ ਹੱਡੀ ਤੋੜੀ ਅਤੇ ਜੀਭ ਕੱਟੀ ਉਹਦੇ ਵਿਰੁੱਧ ਅੱਜ ਨਾਭੇ ਦੀਆਂ ਜਿੰਨੀਆਂ ਵੀ ਮੁਲਾਜ਼ਮ ਮਜ਼ਦੂਰ ਦਲਿਤ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੇ ਰਲ ਕੇ ਉਸ ਦਾ ਵਿਰੋਧ ਕੀਤਾ ਪ੍ਰੋਟੈਸਟ ਕੀਤਾ ਮੋਦੀ ਅਤੇ ਯੋਗੀ ਦੇ ਪੁਤਲੇ ਜਿਹੜੇ ਨੇ ਅੱਜ ਇਸ ਪ੍ਰੋਟੈਸਟ ਦੇ ਵਿੱਚ ਸਾੜੇ ਨੇ ਔਰ ਮੰਗ ਹੈ ਕਿ ਉਹਨਾਂ ਕਾਤਲਾਂ ਨੂੰ ਤੁਰੰਤ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਵੇ ਇਸੇ ਤਰ੍ਹਾਂ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਨੇ ਕਿਸਾਨੀ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਵੀ ਅੱਜ ਪ੍ਰੋਟੈਸਟ ਕੀਤਾ ਇਸ ਤੋਂ ਬਾਅਦ ਅਸੀਂ ਮਾਨਯੋਗ ਵਣ ਮੰਤਰੀ ਦੇ ਘਰ ਅੱਗੇ ਜਾਵਾਂਗੇ ਉੱਥੇ ਪ੍ਰੋਟੈਸਟ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਵੀ 4 ਸਾਲਾਂ ਤੋਂ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਇਗਨੋਰ ਕਰ ਰਹੀ ਹੈ ਕੱਚੇ ਕੰਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਪੇ ਕਮਿਸ਼ਨ ਦੀ ਰਿਪੋਰਟ ਨਹੀਂ ਮਿਲ ਰਹੀ DA ਦੀਆਂ ਕਿਸ਼ਤਾਂ ਨਹੀਂ ਮਿਲ ਰਹੀਆਂ DA ਦਾ ਬਕਾਇਆ ਨਹੀਂ ਮਿਲ ਰਿਹਾ ਬਰਾਬਰ ਕੰਮ ਬਰਾਬਰ ਤਨਖਾਹ ਇੱਕ ਸਿਧਾਂਤ ਮਾਨਯੋਗ ਸੁਪਰੀਮ ਕੋਰਟ ਨੇ ਤੈਅ ਕੀਤਾ ਉਹ ਸਿਧਾਂਤ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਲਾਗੂ ਨਹੀਂ ਹੋ ਰਿਹਾ ਸੋ ਇਸ ਲਈ ਇਹ ਸਾਰਾ ਪ੍ਰੋਟੈਸਟ ਜਿਹੜਾ ਹੈ ਅੱਜ ਪਹਿਲਾਂ ਅਸੀਂ ਪਟਿਆਲਾ ਗੇਟ ਇਕੱਠੇ ਹੋਏ ਹਾਂ ਪਟਿਆਲਾ ਗੇਟ ਤੋਂ ਇਕੱਠੇ ਹੋ ਕੇ ਬੌੜਾ ਗੇਟ ਅਸੀਂ ਪ੍ਰੋਟੈਸਟ ਕੀਤਾ ਇਸ ਤੋਂ ਬਾਅਦ ਅਸੀਂ ਵਣ ਮੰਤਰੀ ਦੇ ਕੋਠੀ ਅੱਗੇ ਜਾ ਕੇ ਆਪਣਾ ਮੈਮੋਰੰਡਮ ਦੇ ਕੇ ਇਹਨੂੰ ਸਮਾਪਤ ਕਰ ਦੇਖੋ CBI ਤਾਂ ਹੁਣ ਕੇਂਦਰ ਸਰਕਾਰ ਦੀ ਹੈ ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਦੀ ਹੈ ਅਦਾਲਤਾਂ ਵੀ ਕੇਂਦਰ ਸਰਕਾਰ ਦੀਆਂ ਨੇ ਸੋ ਜਿਸ ਤਰ੍ਹਾਂ ਕੇਂਦਰ ਸਰਕਾਰ ਦੀਆਂ ਡਾਇਰੈਕਸ਼ਨਾਂ ਹੋਣਗੀਆਂ ਉਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਆਉਣਗੀਆਂ ਕਿਉਂਕਿ ਜਿਹੜੇ ਦੇਸ਼ ਦੇ ਵਿੱਚ ਬਲਾਤਕਾਰ ਹੋਏ ਨੇ ਦਲਿਤਾਂ ਦੇ ਹੋਏ ਨੇ ਹੋਰ ਔਰਤਾਂ ਦੇ ਹੋਏ ਨੇ ਬੱਚਿਆਂ ਦੇ ਹੋਏ ਨੇ ਉਹਨਾਂ ਦੇ ਬਾਰੇ ਅੱਜ ਤੱਕ ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਹਜ਼ਾਰਾਂ ਕੇਸ ਜਿਹੜੇ ਨੇ ਹੁਣ ਤੱਕ ਨਮਕਾ ਅਵਸਥਾ 'ਚ ਪਏ ਦੀ ਸਰਕਾਰ ਦੇ ਵਿੱਚ ਜੋ ਦਲਿਤਾਂ 'ਤੇ ਜ਼ੁਲਮ ਹੋਇਆ ਜਾਂ ਸਾਡੀ ਮਨੀਸ਼ਾ ਭੈਣ 'ਤੇ ਜੋ ਜ਼ੁਲਮ ਕੀਤਾ ਅਤਿਆਚਾਰ ਕੀਤਾ ਕਿ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਇਹਨਾਂ ਦੀਆਂ ਨੇ
ਜਿਹੜੀਆਂ ਆਪਾਂ ਗੱਲਾਂ ਕਰਦੇ ਆ ਸੀਬੀਆਈ ਦੀ ਇਨਕੁਆਇਰੀ ਸਰਕਾਰਾਂ ਇਹਨਾਂ ਦੀਆਂ ਨੇ ਸੀਬੀਆਈ ਇਹਨਾਂ ਦੀਆਂ ਨੇ ਸੁਪਰੀਮ ਕੋਰਟ ਇਹਨਾਂ ਦਾ ਇਹਨਾਂ ਨੇ ਜੋ ਫੈਸਲਾ ਕਹਿਣਾ ਉਹੀ ਫੈਸਲਾ ਹੋਣਾ ਕਿਉਂਕਿ ਠਾਕਰਾ ਦੇ ਉਹ ਬੱਚੇ ਨੇ ਕਿਉਂਕਿ ਅੱਜ ਤੋਂ ਬਹੁਤ ਦੇਰ ਪਹਿਲਾਂ 20-30 ਸਾਲ ਪਹਿਲਾਂ ਵੀ ਗੱਲ ਹੈ ਪਹਿਲਾਂ ਵੀ ਜ਼ੁਲਮ ਹੋਇਆ ਸੀਗਾ ਫੁੱਲਨ 'ਤੇ ਵੀ ਅਤੇ ਉਹਨਾਂ ਨੇ ਆਪਣਾ ਜੋ ਇਹਨਾਂ ਨੇ ਨੰਗਾ ਨਾਚ ਕਰਾਇਆ ਸੀ ਉਹਦਾ ਜ਼ੁਲਮਾਂ ਜਿਹੜਾ ਉਹਨੇ ਜ਼ੁਲਮ ਦਾ ਜਵਾਬ ਜ਼ੁਲਮਾਂ 'ਚ ਦਿੱਤਾ ਸੀਗਾ ਇਹ ਇਹਨਾਂ ਨੇ ਦੰਗੇ ਪ੍ਰਸ਼ਾਦ ਕਰਾਉਣੇ ਨੇ ਪਹਿਲਾਂ ਮੁਸਲਮਾਨਾਂ ਨੂੰ ਹੱਥ ਪਾਇਆ ਫਿਰ ਦਲਿਤਾਂ ਨੂੰ ਪਾਇਆ ਹੁਣ ਕਿਸਾਨ ਭਰਾਵਾਂ ਨੂੰ ਪਾ ਲਿਆ ਇਹਨਾਂ ਨੇ ਇੱਕ ਹਿੰਦੂ ਰਾਸ਼ਟਰ ਬਣਾਉਣਾ ਇਹ ਹਿੰਦੂ ਰਾਸ਼ਟਰ ਬਣਾ ਕੇ ਰਹਿਣਗੇ ਜਦ ਤੱਕ ਇਹ ਕੌਮਾਂ ਇਕੱਠੀਆਂ ਨਹੀਂ ਹੁੰਦੀਆਂ ਦੇਸ਼ ਇਕੱਠਾ ਨਹੀਂ ਹੁੰਦਾ ਉਦੋਂ ਤੱਕ ਇਹ ਦੇਸ਼ ਦੇ ਵਿੱਚ ਇਸੇ ਤਰ੍ਹਾਂ ਦੰਗੇ ਪ੍ਰਸ਼ਾਦ ਕਰਾਉਂਦੇ ਰਹਿਣਗੇ ਇਸੇ ਤਰ੍ਹਾਂ ਲੁੱਟ ਕੁੱਟ ਕਰਦੇ ਰਹਿਣਗੇ ਇੰਨੀ ਕਹਿੰਦਾ ਹਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਅਗਲਾ ਪ੍ਰੋਸੈਸ ਆ ਜੇ ਦੋਸ਼ੀਆਂ ਨੂੰ ਸਜ਼ਾ ਨਾ ਮਿਲੀ ਫਾਂਸੀ ਦੀ ਸਜ਼ਾ ਨਾ ਮਿਲੀ ਤਾਂ ਉਹ ਇਸ ਤੋਂ ਤੇਜ਼ ਸੰਘਰਸ਼ ਕੀਤਾ ਜਾਊਗਾ